ਵਲ ਕਲਾਸਿਕਸ ਕਲਾਸਿਕਸ ਅੱਜ ਐਸ ਅ ਯੂ ਆਲ نو ਕਿ ਹਾੜਾ ਜੋ ਟੋਪਿਕ ਚੱਲ ਰਿਹਾ ਐ ਐਲਸੀਐਮ ਐਂਡ ਐਚਸੀਐਫ ਪਲੇਇੰਗ ਵਿਦ ਨੰਬਰਸ ਜਿਹੜਾ ਚੈਪਟਰ ਐ ਉਹਦੇ ਵਿੱਚ ਅਸੀਂ ਐਲਸੀਐਮ ਐਚਸੀਐਫ ਡਿਸਕਸ ਕਰ ਰਹੇ ਹਾਂ ਇੱਕ ਬਹੁਤ ਹੀ ਇੰਪੋਰਟੈਂਟ ਰਿਲੇਸ਼ਨਸ਼ਿਪ ਐ ਰਿਲੇਸ਼ਨਸ਼ਿਪ ਬੀਟਵੀਨ ਐਲਸੀਐਮ ਐਂਡ ਐਚਸੀਐਫ ਇਹ ਧਿਆਨ ਨਾਲ ਬੱਚੇ ਸਮਝਿਓ ਕਿਉਂਕਿ ਇਹ ਜਿਹੜੀ ਰਿਲੇਸ਼ਨਸ਼ਿਪ ਐ ਤੁਹਾਡੇ ਵਾਸਤੇ ਬਿਲਕੁਲ ਨਵੀਂ ਐ ਤੁਸੀਂ ਇਹਦੇ ਬਾਰੇ ਕਦੀ ਵਿਚਾਰ ਨਹੀਂ ਕੀਤੀ ਕਦੀ ਇਹਦੇ ਬਾਰੇ ਪੜਿਆ ਨਹੀਂ ਐਲਸੀਐਮ ਔਰ ਐਸਸੀਐਫ ਤੁਹਾਨੂੰ ਆਂਦਾ ਨਿਕਾਲਣਾ तो सब तो पहले अपनी नोटबुक से एक, एक, एक स्टेटमेंट है नोट करो द टू द प्रोडक्ट ऑफ एलसीएम एंड एससीएफ ऑफ टू नंबरस ऑलवेज इक्वल टू द प्रोडक्ट ऑफ नंबरस ए दिस इज़ अ वेरी इंपोर्टेंट स्टेटमेंट ए स्टेटमेंट की है मैं थोड़ा एग्जैम्पल देकर समझावगा इस तरह समझ नहीं लगेगी यदा की मतलब है पर एग्जैम्पल्ला ਤਾਂ ਨੂੰ ਕਲੀਅਰ ਹੋ ਜਾਏਗਾ ਇਹਦਾ ਕੀ ਮਤਲਬ ਹੈ ਕਲੀਅਰ ਚਲੋ ਇੱਕ ਐਗਜ਼ਾਮਪਲ ਲੈਂਦੇ ਆ ਇਹਨੂੰ ਤੁਸੀਂ ਲਿਖ ਲਓ ਆਪਣੇ ਕਾਪੀ ਦੇ ਉੱਤੇ ਕਲੀਅਰ ਸੋ ਐਗਜ਼ਾਮਪਲ ਲੈਣੇ ਆ ਸਪੋਜ਼ ਕਰੋ ਮੇਰੇ ਕੋਲ ਦੋ ਨੰਬਰ ਹਨ ਨੇ ਟੂ ਨੰਬਰਸ ਜ਼ਿਕਰ ਕੀਤਾ ਟੂ ਨੰਬਰਸ ਹਨਾ ਡੈਫੀਨੀਸ਼ਨ ਦੇ ਵਿੱਚ ਉਹਨੇ ਸਟੇਟਮੈਂਟ ਦੇ ਵਿੱਚ ਉਹਨੇ ਡਿਸਕਸ ਕੀਤਾ ਟੂ ਨੰਬਰ ਮੈਂ ਟੂ ਨੰਬਰ ਲੈ ਲਿਆ ਇਕਲੇ ਲਿਆ 12 ਕਲੀਅਰ ਇਕਲੇ ਇਕਲੇ ਲਿਆ 8 ਔਰ ਇਕਲੇ ਲਿਆ 12 ਐਗਜ਼ਾਮਪਲ ਲਈ ਠੀਕ ਹੈ ਬੱਚਿਓ ਇਹ ਐਗਜ਼ਾਮਪਲ ਹੈ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਇੱਕ ਹੋਰ ਚੀਜ਼ ਦਾ ਜ਼ਿਕਰ ਕੀਤਾ ਉਹ ਹੈ ਐਲਸੀਐਮ ਐਂਡ ਐਸਸੀਐਫ ਇਹਦਾ ਵੀ ਜ਼ਿਕਰ ਕੀਤਾ ਹੈ ਕਲੀਅਰ ਸੋ ਇਟ ਮੀਨਸ ਐਲਸੀਐਮ ਐਂਡ ਐਸਸੀਐਫ ਆਫ ਟੂ ਨੰਬਰ ਸਭ ਤੋਂ ਪਹਿਲਾਂ ਤੇ ਆਪਾਂ ਕਢਣਾ ਹੈ ਐਲਸੀਐਮ ਔਰ ਐਸਸੀਐਫ ਦੋਨਾਂ ਦਾ ਐਲਸੀਐਮ ਐਂਡ ਐਸਸੀਐਫ ਕਿਉਂਕਿ ਨੇ ਲਿਖਿਆ ਵਾ ਦਾ ਐਲਸੀਐਮ ਐਂਡ ਐਸਸੀਐਫ ਆਫ ਟੂ ਨੰਬਰਸ ਕਲੀਅਰ ਤਾਂ 8 ਔਰ 12 ਦਾ ਸਭ ਤੋਂ ਪਹਿਲਾਂ ਆਪਾਂ ਐਲਸੀਐਮ ਕਢ ਲਈਏ ਐਲਸੀਐਮ ਕਢਣਾ ਤਾਂ ਹੁੰਦਾ ਹੈ ਹਜੇ ਬੱਚੇ 2 ਦੇ ਟੇਬਲ ਤੇ 8 डिवाइड ਹੁੰਦਾ 4 ਤੇ 2 ਦੇ ਟੇਬਲ ਤੇ 12 डिवाइड ਹੁੰਦਾ 6 ਤੇ ਠੀਕ ਹੈ ਅਗੇਨ 2 ਦੇ ਟੇਬਲ ਤੇ 4 ਡਿਵਾਈਡ ਹੁੰਦਾ 2 ਤੇ 2 ਦੇ ਟੇਬਲ ਤੇ 6 ਡਿਵਾਈਡ ਹੁੰਦਾ 3 ਤੇ ਵੈਰੀ ਗੁੱਡ ਨੈਕਸਟ 2 ਦੇ ਟੇਬਲ ਤੇ 2 ਡਿਵਾਈਡ ਹੁੰਦਾ 1 ਤੇ 2 ਦੇ ਟੇਬਲ ਤੇ 3 ਡਿਵਾਈਡ ਨਹੀਂ ਹੁੰਦਾ ਸੋ ਐਜ਼ ਇਟ ਇਜ਼ 3 ਉਹ ਤੇ 1 ਐਂਡ 3 ਆ ਸੋ 3 ਦੇ ਟੇਬਲ ਤੇ 3 ਡਿਵਾਈਡ ਹੁੰਦਾ 1 ਤੇ ਸੋ ਸਾਡੇ ਕੋਲ ਐਲਸੀਐਮ ਬੱਚੇ ਕੀ ਆ ਗਿਆ ਐਲਸੀਐਮ ਆ ਗਿਆ ਸਾਡੇ ਕੋਲ 8 12 ਦਾ ਐਲਸੀਐਮ ਆ ਗਿਆ 2 by, 2 by, 2 3 2 ਦੋਸਾ 4 4 ਦੋਸਾ 8 8 3 24 ਸੋ ਐਲਸੀਐਮ ਕਿੰਨਾ ਆ ਗਿਆ ਮੇ ਕੋਲ 24 ਅਸੀਂ ਲਿਖਾਂਗੇ ਐਲਸੀਐਮ ਸਾਡੇ ਕੋਲ ਕੀ ਆ ਗਿਆ 24 ਕੋਈ ਪ੍ਰੋਬਲਮ ਹੈ ਬੱਚੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਚਲੋ ਐਸਫ ਨਿਕਾਲਦੇ ਹਾਂ 8 और 12 का एचसीएफ की भी निकालो की बच्चे चलो डिवाइड मेथड आ कर लेने 8 और 12 का एलसीएम सिखाया ना थनु डिवाइड मेथड एचसीएफ निकालने वास्ते हां जी 8 दे टेबल ते 12 नहीं आंदा 12 तो छोटा 8 ही आंदा है 1 ते 8 आ गया 12 चो 8 गए माइनस कीता की आ गया बच्चे 4 हुन 4 कीगा छोटा कने 8 तो इस करके आपा 4 नु आपा फेर ले लिया डिवाइजर 8 नु आपा इथ रखता अंदर एवदा <coughs> थनु सिखाया होया जेनु नहीं समझेगी ओ एलसी मेरा एलसीएम और एचसीएफ वाला लेक्चर देखिए फोल्डेबल पे 8 आता है 2 पे खत्म जिथे रिमाइंडर जीरो आ गया ओथे ਤੁਹਾਡੀ ਲੌਂਗ ਡਿਵੀਜ਼ਨ ਜਿਹੜੀ ਹੈ ਮੈਥਡ ਹੈ ਉਹ ਖਤਮ ਹੋ ਜਾਣਾ ਪ੍ਰੋਸੈਸ ਖਤਮ ਹੋ ਜਾਣਾ ਤੋਂ ਜੋ ਲਾਸਟ ਤੜ ਕੋ ਡਿਵਾਈਜ਼ਰ ਆਇਆ ਸੀ ਦੈਟ ਇਜ਼ ਯੋਰ ਐਸसीएफ ਸੋ ਇਥੇ ਇਨ ਥਿਸ ਕੇਸ ਵੀ ਹੈਵ ਐਸसीएफ इज 4 ਠੀਕ ਹੈ ਬੱਚੇ ਐਸसीएफ ਕਿੰਨਾ ਆ ਗਿਆ 4 ਐਲਸੀਮ ਸਾਡਾ ਕਿੰਨਾ ਆਇਆ ਸੀ एलसीएम ਸਾਡਾ ਕਿੰਨਾ ਆਇਆ ਸੀ 24 ਸੋ so, <clears throat> 8 اور 12 ਦੇ ਜੋ ਨੰਬਰ ਲੈ ਸੀ ਸੀ 8 اور 12 ਉਹਨਾਂ ਦਾ ਐਸसीएफ ਕਿੰਨਾ ਆਇਆ 4 ਐਲਸੀਮ ਕਿੰਨਾ ਆਇਆ 24 ਬੱਚੇ ਐਸसीएफ ਕਿੰਨਾ ਆਇਆ 4 ਐਲਸੀਮ ਕਿੰਨਾ ਆਇਆ 24 ਠੀਕ ਹੈ ਬੱਚੋ ਦੇਖੋ ਧਿਆਨ ਦੇ ਨਾਲ ਸਟੇਟਮੈਂਟ ਕੀ ਕਹ ਰਹੀ ਸੀ ਦਾ ਪ੍ਰੋਡਕਟ ਆਫ ਪ੍ਰੋਡਕਟ ਇੱਕ ਵਰਡ ਯੂਜ਼ ਕੀਤਾ ਨੇ ਪ੍ਰੋਡਕਟ ਅਸੀਂ ਬੋਲੇ ਅਸੀਂ ਗੱਲ ਕੀਤੀ ਸੀ ਕਿ ਜਿਹੜੇ ਵਰਡ ਉਹਨੇ ਯੂਜ਼ ਕੀਤੇ ਹੈ ਸਟੇਟਮੈਂਟ ਦੇ ਵਿੱਚ ਟੂ ਨੰਬਰਸ ਉਹਨਾਂ ਦਾ ਐਲਸੀਐਮ ਐਸਸੀਐਫ ਫਿਰ ਉਹਨਾਂ ਦਾ ਪ੍ਰੋਡਕਟ ਉਹ ਕਹਿ ਰਿਹਾ ਦਾ ਪ੍ਰੋਡਕਟ ਆਫ ਐਲਸੀਐਮ ਰੈਸਿਵ ਇਟ ਮੀਨਸ ਆਪਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਨਾ ਪ੍ਰੋਡਕਟ ਦਾ ਮਤਲਬ ਕੀ ਹੁੰਦਾ ਹੈ ਮਲਟੀਪਲਾਈ ਕਰੋ ਸੋਲੋ ਤਾਂ ਆਪਾਂ ਕਰਨਾ ਵਾ ਐਲਸੀਐਮ ਨੂੰ ਮਲਟੀਪਲਾਈ ਕਰਨਾ ਐਸ ਸੀ ਐਫ ਨਾਲ ਐਸ ਸੀ ਐਫ ਨੂੰ ਅਸੀਂ ਮਲਟੀਪਲਾਈ ਕਰਨਾ ਐਲ ਸੀ ਐਮ ਨਾਲ ਕਲੀਅਰ ਐਲ ਸੀ ਐਮ ਕਿੰਨਾ ਬਚੇਗਾ 4 eh, 24 ਐਸ ਸੀ ਐਫ ਕਿੰਨਾ ਹੈ 4 ਹਾਜੀ ਬੱਚੇ 24 ਨੂੰ 4 ਨਾਲ ਮਲਟੀਪਲਾਈ ਕਰ ਦੋ 4 4 16 1 4 4 2 8 8 ਇਸ 96 to so 96 clear <coughs> chalo bache first line da te apan jo ne kiya si apan kar liya apan do number le dono da lcm lcf nikal liya aur dono nu ki karta product dono da product karta aur product sade ko kitna aaya bache 96 hun second line te a jao oh keh reya always equal to always equal to the product of numbers now come to this point ਆਲਵੇਸ ਇਕੁਅਲ ਟੂ ਪ੍ਰੋਡਕਟ ਆਫ ਨੰਬਰ ਉਹ ਕਹਿੰਦਾ ਜਦੋਂ ਤੁਸੀਂ ਜਿਹੜੇ ਨੰਬਰ ਲਏ ਸੀ ਜੇ ਤੁਸੀਂ ਉਹਨਾਂ ਨੂੰ ਮਲਟੀਪਲਾਈ ਕਰੋਗੇ ਨਾ ਤੇ ਉਹਨਾਂ ਦਾ ਪ੍ਰੋਡਕਟ ਵੀ ਇਹੀ ਆਣਾ ਚਾਹੀਦਾ 96 ਕਿਉਂ ਇਕੁਅਲ ਲਿਖਿਆ ਨੇ ਚਲੋ ਦੇਖਦੇ ਆ ਸੋ ਦਾ ਪ੍ਰੋਡਕਟ ਆਫ 8 ਐਂਡ 12 ਠੀਕ ਹੈ ਬੱਚੇ ਦਾ ਪ੍ਰੋਡਕਟ ਆਫ 8 ਐਂਡ 12 ਜੋ ਤੁਸੀਂ ਮਲਟੀਪਲਾਈ ਕਰੋਗੇ 12 ਨੂੰ 8 ਨਾਲ ਉਹ 96 ਆਏਗਾ ਠੀਕ ਹੈ ਸੋ ਤੁਸੀਂ ਦੇਖੋ ਇੱਥੇ ਆਬਜ਼ਰਵ ਕੀ ਕੀਤਾ ਕਿ ਜਦੋਂ ਅਸੀਂ ਦੋਨੋਂ ਨੰਬਰਾਂ ਦਾ ਐਸ ਸੀ ਐਫ ਕੱਢਿਆ ਔਰ ਐਲਸੀਐਮ ਕੱਢਿਆ ਦੋਨੋਂ ਨੂੰ ਮਲਟੀਪਲਾਈ ਕੀਤਾ ਉਦੋਂ ਵੀ 96 ਆਇਆ ਤੇ ਜਦੋਂ ਮੈਂ ਨੰਬਰ ਲੈ ਕੇ ਦੋਨੋਂ ਨੂੰ ਆਪਸ ਮਲਟੀਪਲਾਈ ਕੀਤਾ ਉਦੋਂ ਵੀ 96 ਆਇਆ ਸੋ ਥਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਰਿਲੇਸ਼ਨਸ਼ਿਪ ਹੁਣ ਇਹਦਾ ਫਾਇਦਾ ਕੀ ਹੋਏਗਾ ਇਹਦਾ ਫਾਇਦਾ ਇਹ ਹੋਏਗਾ ਕਿ ਅਸੀਂ ਐਲਸੀਐਮ ਔਰ ਐਸ ਸੀ ਐਫ ਬੜੀ ਜਲਤੀ ਜੀ ਨਾਲ ਕੱਢ ਸਕਾਂਗੇ ਕਿਵੇਂ ਕਿ ਮੰਨ ਲਓ ਸਾਨੂੰ ਦੋ ਨੰਬਰ ਦਿੱਤੇ ਹੋਣਾ ਐਲਸੀਐਮ ਦਿੱਤਾ ਤਸੀਂ ਰਿਲੇਸ਼ਨਸ਼ਿਪ ਦੇ ਨਾਲ ਮਲਟਿਪਲ ਐਲਸੀਐਫ ਨਿਕਾਲ ਸਕਾਂਗੇ ਠੀਕ ਹੈ ਉਹ ਅੱਗੇ ਮੈਂ ਤੁਹਾਨੂੰ ਐਗਜ਼ਾਮਪਲਸ ਮੈਂ ਕਰਵਾਣਾ ਤੁਹਾਨੂੰ ਹੋਰ ਕਲੀਅਰ ਹੋਏਗਾ ਸਭ ਤੋਂ ਪਹਿਲਾਂ ਅਸੀਂ ਇਸ ਲੈਕਚਰ ਦੇ ਵਿੱਚ ਕੀ ਸਿੱਖਿਆ ਬੱਚੇ ਅਸੀਂ ਸਿੱਖਿਆ ਕਿ ਜਦੋਂ ਅਸੀਂ ਕਿਸੇ ਦੋ ਨੰਬਰਾਂ ਦਾ ਠੀਕ ਹੈ ਦੋ ਨੰਬਰਾਂ ਵਾਸਤੇ ਤੁਹਾਨੂੰ ਕਰਾ ਰਿਆ ਕਿਸੇ ਦੋ ਨੰਬਰਾਂ ਦਾ ਐਲਸੀਐਫ ਅਤੇ ਐਸਸੀਐਫ ਨਿਕਾਲ ਕੇ ਉਹਨਾਂ ਨੂੰ ਮਲਟੀਪਲਾਈ ਕਰਦੇ ਹਾਂ ਕਿਹਨੂੰ ਮਲਟੀਪਲਾਈ ਕਰਦੇ ਹਾਂ ਐਲਸੀਐਫ ਔਰ ਐਸਸੀਐਫ ਨੂੰ ਮਲਟੀਪਲਾਈ ਕਰਦੇ ਹਾਂ ਉਹ ਪ੍ਰੋਡਕਟ ਹਮੇਸ਼ਾ ਇਕੁਅਲ ਕਿਤੇ ਹੁੰਦਾ ਹੈ ਦੋਨੋਂ ਨੰਬਰਾਂ ਦੇ ਪ੍ਰੋਡਕਟ ਦੇ ਕਲੀਅਰ ਦੋਨੋਂ ਨੰਬਰਾਂ ਦੇ ਪ੍ਰੋਡਕਟ ਦੇ ਦੇਖੋ ਇੱਥੇ ਵੀ 96 ਆਇਆ ਤੇ ਇੱਥੇ ਵੀ 96 ਆ ਗਿਆ ਕਲੀਅਰ ਚਲੋ ਇੱਕ ਹੋਰ ਐਗਜ਼ਾਮਪਲ ਆਪਾਂ ਕਰਦੇ ਹਾਂ ਡਿਸਕਸ ਸੋ ਸਟੂਡੈਂਟਸ ਦੇਖੋ ਇੱਕ ਹੋਰ ਐਗਜ਼ਾਮਪਲ ਅਸੀਂ ਡਿਸਕਸ ਕਰ ਰਹੇ ਹਾਂ ਸੇਮ ਅਸੀਂ ਹੁਣ ਨੰਬਰ ਇਸ ਵਾਰ ਹੀ ਲਿਆ 50 ਔਰ 100 ਠੀਕ ਹੈ ਚਲੋ ਪਹਿਲਾਂ ਇਹਨਾਂ ਦਾ ਐਲਸੀਐਫ ਔਰ ਐਲਸੀਐਮ ਕੱਢਦੇ ਹਾਂ ਚਲੋ ਐਲਸੀਐਮ ਕੱਢਦੇ ਹਾਂ ਪਹਿਲਾਂ ਐਲਸੀਐਮ ਕਿਵੇਂ ਕੱਢਦੇ ਬੱਚੇ ਐਲਸੀਐਮ ਤੁਹਾਨੂੰ ਆਉਂਦਾ ਨਿਕਾਲਣਾ ਐਲਸੀਐਮ ਕੱਢਦੇ ਹਾਂ ਚਲੋ ਦੇਖਦੇ ਹਾਂ ਐਲਸੀਐਮ ਕਿੰਨਾ ਆਉਂਦਾ 50 ਔਰ 100 ਦਾ 50 ਔਰ 100 ਪ੍ਰਾਈਮ ਨੰਬਰ ਕਿਹੜਾ ਲਵਾਂਗੇ 2 2 ਦੇ ਟੇਬਲ ਤੇ 50 ਆਉਂਦਾ 25 ਤੇ 2 ਦੇ ਟੇਬਲ ਤੇ 100 ਡਿਵਾਈਡ ਹੁੰਦਾ 50 ਤੇ ਫਿਰ 2 ਦੇ ਟੇਬਲ ਤੇ 25 ਡਿਵਾਈਡ ਨਹੀਂ ਹੁੰਦਾ ਇਸ ਕਰਕੇ 25 ਐਜ਼ ਇਟ ਇਜ਼ ਆ ਗਿਆ 2 ਦੇ ਟੇਬਲ ਤੇ 50 ਡਿਵਾਈਡ ਹੁੰਦਾ ਕਿੰਤੇ ਹੁੰਦਾ 25 ਤੇ ਵੈਰੀ ਗੁੱਡ ਚਲੋ ਨੈਕਸਟ ਹਾਂਜੀ 5 ਤੇ ਹੁਣ ਡਿਵਾਈਡ ਹੋਏਗਾ ਕਿਉਂਕਿ 5 ਇਜ਼ ਅ ਪ੍ਰਾਈਮ ਨੰਬਰ ਕਿਉਂਕਿ 2 ਦੇ ਟੇਬਲ ਤੇ 3 ਦੇ ਟੇਬਲ ਤੇ ਨਹੀਂ ਆਣਾ ਸੋ 5 ਦੇ ਟੇਬਲ ਤੇ 25 ਇਜ਼ ਨਾ 5 ਤੇ 5 ਦੇ ਟੇਬਲ ਤੇ 25 ਆਉਂਦਾ 5 ਤੇ क्लीयर है फाइव डिटेबल ताइव फाइव ते वन वन ते फाइव डेबलते फाइव वन त वन से क्लीयर सो थोड़े को एलसीयम कि न बच्चे सो बच्चे इतने जो एलसीयम तुम निकालोगे टू टू फाइव फाइव है ना टू मल्टीप्लाई बाय टू मल्टीप्लाई बाय फाइव मल्टीप्लाई बाय फाइव हाँ जी बच्चे मल्टीप्लाई करो की बनेगा टू टू जा फोर फोर फाइव ज़ा ट्वेंटी ट्वेंटी फाइव जा हंड्रड ਸੋ so, 100 ਆ ਗਿਆ ਐਲਸੀਐਮ ਠੀਕ ਹੈ ਬੱਚੇ ਸੋ ਐਲਸੀਐਮ 50 ਹੋਰ 100 ਦਾ ਐਲਸੀਐਮ ਕਿੰਨਾ ਆਇਆ ਬੱਚੇ 100 ਆ ਗਿਆ ਹੁਣ ਅਸੀਂ ਨਿਕਾਲਦੇ ਹਾਂ ਐਸਟੀਐਫ ਅਸੀਂ ਐਸਟੀਐਫ ਨਿਕਾਲਦੇ ਹਾਂ ਐਸਟੀਐਫ ਕਿੰਨਾ ਆਏਗਾ ਐਸਟੀਐਫ ਨਿਕਾਲਣਾ ਆਸਾਨ ਹੈ ਤੁਹਾਨੂੰ ਪਤਾ ਹੈ ਛੋਟਾ ਨੰਬਰ ਰੱਖੋ ਬਾਹਰ ਵੱਡਾ ਨੰਬਰ ਰੱਖੋ ਅੰਦਰ ਡਿਵਾਈਡ ਕਰ ਦਿਓ 50 ਦੇ ਟੇਬਲ ਤੇ 100 ਡਿਵਾਈਡ ਹੁੰਦਾ 2 ਤੇ ਆ ਗਿਆ 100 ਇੱਥੇ ਸਟੌਪ ਹੋ ਗਿਆ ਸੋ ਡਿਵਾਈਜ਼ਰ ਇਜ਼ ਅ ਐਸ ਸੀ ਐਫ ਕੀ ਆ ਗਿਆ ਐਸ ਸੀ ਐਫ ਠੀਕ ਹੈ ਬੱਚੇ ਸੋ ਵੀ ਹੈਵ ਐਲ ਸੀ ਐਮ ਇਜ਼ 100 ਐਂਡ ਐਚ ਸੀ ਐਫ ਵੀ ਹੈਵ 50 ਠੀਕ ਹੈ ਬੱਚੇ ਚਲੋ ਹੁਣ ਅਸੀਂ ਕੀ ਕਰਨਾ ਹੁੰਦਾ ਹੈ ਐਸ ਸੀ ਐਫ ਨੂੰ ਐਲ ਸੀ ਐਮ ਨੂੰ ਅਸੀਂ ਇੱਕ ਕਰਨਾ ਐਸ ਸੀ ਐਫ ਦੇ ਨਾਲ ਮਲਟੀਪਲਾਈ ਕਰਨਾ हंडर्ड उस बच्चे जो तुम मल्टीप्लाई करोगे फिफ्टी तो आएगा फाइव थाउजेंड फाइव थाउजेंड एंड टू नंबर किए सा टू गिवन नंबर कि बच्चे ओ सी को फिफ्टी एंड हंडरड ओबियस है इन्हना प्रोडक्ट भी की होगा फाइव थाउजेंड ठीक है बच्चे सो so क्लीयर कि जो भी असी एलसीयम और एसीएम निकाल के मल्टीप्लाई करते हैं ਉਸੇਮ ਹੁੰਦਾ ਜਿਹੜਾ ਦੋ ਨੰਬਰਾਂ ਦਾ ਪ੍ਰੋਡਕਟ ਦੇ ਜੋ ਦੋ ਨੰਬਰਾਂ ਦਾ ਪ੍ਰੋਡਕਟ ਹੁੰਦਾ ਸੋ ਦਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਕਨਸੈਪਟ ਠੀਕ ਹੈ ਹੁਣ ਇਹਦਾ ਯੂਜ਼ ਕੀ ਹੈ ਬੱਚੇ ਇਹਦਾ ਯੂਜ਼ ਕੀ ਹੈ ਅਸੀਂ ਉਹ ਡਿਸਕਸ ਕਰਨਾ ਉਹ ਅਸੀਂ ਨੈਕਸਟ ਕਰਾਂਗੇ ਫਿਲਹਾਲ ਤੁਸੀਂ ਇਹਨੂੰ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਔਰ ਇਹਨੂੰ ਆਪਣੇ ਕਨਸੈਪਟ ਨੂੰ ਕਾਪੀ ਦੇ ਉੱਤੇ ਵਧੀਆ ਤਰੀਕੇ ਨਾਲ ਇੱਕ ਦੋ ਐਗਜ਼ਾਮਪਲਾਂ ਹੋਰ ਤੁਸੀਂ ਆਪਣੇ ਕੋਲੋਂ ਲਓ ਠੀਕ ਹੈ ਇਹ ਦੋ ਐਗਜ਼ਾਮਪਲ ਆ ਮੈਂ ਤੁਹਾਨੂੰ ਕਰਾਈਆਂ ਦੋ ਤੁਸੀਂ ਹੋਰ ਕੋਈ ਆਪਣੇ ਵੱਲੋਂ ਨੰਬਰ ਦੋ ਲੈ ਕੇ ਉਹਨਾਂ ਦਾ ਨਿਕਾਲ ਕੇ ਦੇਖੋ ਕਿ ਤੁਹਾਡਾ ਪ੍ਰੋਡਕਟ ਦੋਨੋਂ ਨੰਬਰਾਂ ਦਾ ਪ੍ਰੋਡਕਟ ਔਰ ਐਲਸੀਐਮ ਔਰ ਐਸਸੀ ਆਫ ਦਾ ਪ੍ਰੋਡਕਟ ਇਕੁਅਲ ਆਉਂਦਾ ਸੋ ਦੋ ਐਗਜ਼ਾਮਪਲ ਆ ਤੁਸੀਂ ਆਪ ਖੁਦ ਸੋਚੋ